ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕੀਕੀ ਢਿੱਲੋਂ ਜਿਨ੍ਹਾਂ ਨੂੰ ਬੀਤੇ ਦਿਨੀ ਆਮਦਨ ਤੋਂ ਵੱਧ ਜਾਇਦਾਦ ਅਤੇ ਖਰਚ ਕਰਨ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ 5 ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਵਿਜੀਲੈਂਸ ਦੀ ਟੀਮ ਵੱਲੋਂ ਕੁਸ਼ਲਦੀਪ ਸਿੰਘ ਕੀਕੀ ਢਿੱਲੋਂ ਦੇ 3 ਦਿਨ ਦੇ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਹੈ ਜਿਸ ਨੂੰ ਮਨਜ਼ੂਰ ਕਰਦੇ ਹੋਏ ਮਾਣਯੋਗ ਫਰੀਦਕੋਟ ਦੀ ਅਦਾਲਤ ਵੱਲੋਂ ਕੁਸ਼ਲਦੀਪ ਸਿੰਘ ਕੀਕੀ ਢਿੱਲੋਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਵਿਜੀਲੈਂਸ ਟੀਮ ਨੂੰ ਸੌਂਪ ਦਿੱਤਾ ਗਿਆ ਤੇ ਹੁਣ ਵਿਜੀਲੈਂਸ ਦੀ ਟੀਮ 2 ਦਿਨ ਹੋਰ ਕੁਸ਼ਲਦੀਪ ਸਿੰਘ ਕੀਕੀ ਢਿੱਲੋਂ ਤੋਂ ਪੁੱਛਗਿੱਛ ਕਰੇਗੀ। अजीत पंजाबी दी ऑथेंटिक खबरां दे लई सब्सक्राइब करो अजीत वेब टीवी अते ताजी खबरां दी नोटिफिकेशन पाउण दे लई बेल आइकन ते क्लिक करो। पुलिस ने 3 दिन दा रिमांड मंगया सीगा, 2 दिन दा रिमांड 24 तरीक नूं दुबारा पेश करना कोर्ट दे विच। उन्होंने तो सिर्फ अच्छ मैडिकल ग्राउंड ते पुछ दस्सदा कुछ रही नहीं सी, कहिंदे मैडिकली अनफिट होण करके असीं पुछ नहीं सके ते उहदी कोई उन्होंने तत्थ नहीं पेश कीते ते सिर्फ उन्होंने जिहड़ा हैगा 2 ਦਿਨਾਂ ਦਾ 3 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੇ 2 ਦਿਨ ਦਾ ਇਹਨਾਂ ਨੂੰ ਦਿੱਤਾ। 24 ਤਰੀਕ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕਰਨਾ। ਕਿੰਨਾ ਟਾਈਮ ਬਹਿਸ ਚੱਲੀ ਆ ਔਰ ਬਚਾਅ ਪੱਖ ਵੱਲੋਂ ਕਿਹੜੇ ਜਿਹੜੇ ਅੱਜ ਅਸੀਂ ਤਾਂ ਇਹ ਕਿਹਾ ਵੀ ਜੋ ਇਹਨਾਂ ਦੀ ਤਫਤੀਸ਼ ਸੀ ਅਸੀਂ 11 ਵਾਰ ਪੇਸ਼ ਹੋ ਚੁੱਕੇ ਆ ਤੇ 11 ਵਾਰ ਅਸੀਂ ਜੋ ਡਾਕੂਮੈਂਟ ਇਹਨਾਂ ਨੇ ਮੰਗੇ ਉਹ ਅਸੀਂ ਸਾਰੇ ਪ੍ਰੋਵਾਈਡ ਕਰਵਾ ਦਿੱਤੇ ਆ ਤੇ ਹੋਰ ਸਾਡੇ ਤੋਂ ਕੁਝ ਵੀ ਪੁੱਛਣਾ ਨਹੀਂ। ਸਾਡਾ ਪਬਲਿਕ ਡਾਕੂਮੈਂਟ ਆ ਸਾਰੇ ਜੋ ਅਸੀਂ ਐਫੀਡੇਵਿਟ 2022 ਤੇ 17 ਚ ਫਾਈਲ ਕੀਤਾ ਹੈ ਉਦੋਂ ਬਾਅਦ ਸਾਡੀ ਇਨਕਮ ਚ ਕੁਝ ਵੀ ਨਹੀਂ ਹੈਗਾ ਤੇ ਜੋ ਵੀ ਹੈ ਸਾਡਾ ਉਹ ਇਨਕਮ ਟੈਕਸ ਦੇ ਵਿੱਚ ਅਸੈਸਡ ਹੈ ਪ੍ਰਾਪਰਟੀ ਸਾਰੀ ਸਾਡੇ ਕੋਲੇ ਕੁਝ ਵੀ ਨਹੀਂ ਹੈਗਾ ਉਹਦੇ ਉਹ ਤੋਂ ਫਾਲਤੂ।